ਪੁੱਤਰ ਕਹਿਤਾ ਸੀਗਾ ਵੀ ਘਰ ਨੂੰ ਚਲੇ ਜਾ, ਛੱਡ ਦੋ ਸਾਨੂੰ, ਸਾਨੂੰ ਵੀ ਜਿੱਤ ਲੈਣ ਦੇ। ਪਿਆਰ ਭਰੀ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁੱਜਰਵਾਲ। ਅੱਜ ਆਪਾਂ ਮਾਲਵਾ ਟੀ ਵੀ ਰਾਹੀਂ ਕਬੂਤਰਬਾਜ਼ੀ ਦੇ ਖੇਤਰ 'ਚ ਜਗਰਾਵਾਂ ਦੇ ਕੋਲ ਲੁਧਿਆਣੇ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਆ ਚਚਰਾੜੀ ਦੇ ਵਿੱਚ ਪਹੁੰਚੇ ਹਾਂ। ਸੋਹਣੀ ਸਰਪੰਚ ਚਚਰਾੜੀ ਦੇ ਨਾਲ ਆਪਾਂ ਅੱਜ ਮੁਲਾਕਾਤ ਕਰ ਰਹੇ ਹਾਂ, ਕਬੂਤਰਬਾਜ਼ੀ ਦੇ ਸ਼ੌਂਕ ਬਾਰੇ, ਨਵੇਂ ਆਉਂਦੇ ਖਿਡਾਰੀਆਂ ਨੂੰ ਕੁਝ ਜਾਣਕਾਰੀ ਵੀ ਦੇਵਾਂਗੇ। ਅੱਛਾ ਸਰਪੰਚ ਸਾਹਿਬ, ਨਾ ਇੱਕ ਸਾਲ ਆ ਮੁੰਡਾ ਇੱਥੇ ਸੇਰਾ ਆਇਆ ਹੋਇਆ ਜੀ। ਅੱਛਾ, ਇਟਲੀ ਰਹਿੰਦਾ ਮੁੰਡਾ। ਅੱਛਾ ਜੀ, ਸੇਰੇ ਇਹ ਪਿੰਡ ਸੜਤੀ ਬਾਜੀ ਦੁਸਰ ਦੀ ਫਰੈਜਰਾਂ ਆਉਂਦੀ ਸੀ। ਅੱਛਾ ਜੀ, ਤੇ ਜਦੋਂ ਅਸੀਂ ਬਾਜੀ ਛੱਡਤੀ ਦੁਸਰ ਪੈ ਗਈ ਉੱਥੇ ਜੀ। ਅੱਛਾ, ਕਬੂਤਰ ਸਾਂਭਾ ਛੱਡਣ ਲੱਗੇ, ਚਾਰ ਕਬੂਤਰ ਛੱਡਣੇ ਦੁਸਰ ਦੇ। ਮੈਂ ਕਿਹਾ ਯਾਰ ਵੀ ਚਾਰ ਤਾਂ ਕਬੂਤਰ ਆ, ਮੈਂ ਉਹਨਾਂ ਨੂੰ ਕਿਹਾ ਕਿਹੜਾ ਕਬੂਤਰ ਕੱਢਿਓ। ਅੱਛਾ ਅੱਛਾ ਜੀ, ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਚਾਰ ਤਾਂ ਕਬੂਤਰਾ ਵੀ ਊਈ ਵੰਡ ਲਓ। ਅੱਛਾ ਜੀ, ਤੇ ਆਹ ਕਬੂਤਰ ਛੱਡਿਆ। ਇਹ ਕਿਹੜਾ ਜੀ? ਇਹਦਾ ਨਾਂ ਆਏਗਾ ਬੁਗਲਾ ਜੀ, ਮੈਂ ਗੱਲ ਨੀ ਸਮਝਿਆ, ਬਾਜੀ ਤੋਂ ਬਾਜੀ ਹੋਈ ਛੱਡਤਾ ਜੀ। ਅੱਛਾ, ਜਿਵੇਂ ਲੋਕ ਕਹਿੰਦੇ ਨੀ ਘਰੇ ਜਾ ਕੇ ਆਪਦਾ ਖੁੱਡਾ ਦਿਖਾ ਦੀਏ ਇਹਨੂੰ, ਖੁੱਡਾ ਲਿਆਂਦੇ। ਜਾਣੀ ਅੱਜ ਮੰਨ ਲਓ ਅੱਜ ਚਚਰਾੜੀ ਬਾਜੀ ਆ, ਤੇ ਇੱਥੋਂ ਫੜਿਆ ਹੇਰਾਂ, ਦੂਜੇ ਦਿਨ ਤੀਜੇ ਦਿਨ ਲਗਾਤਾਰ। ਮੈਂ ਤੁਹਾਨੂੰ ਦੱਸਦਾ ਜੀ, ਹਾਂਜੀ, ਇਹ ਨਾ ਅਸੀਂ ਕਬੂਤਰ ਛੱਡਤਾ ਇਹਨਾਂ ਦੇ ਪਿੰਡ ਹੱਬੋਵਾਲ ਜੀ। ਅੱਛਾ ਜੀ, ਤੇ ਚਾਰ ਕਬੂਤਰ ਦੁਸਰ ਨੂੰ ਸੁੱਟਣ ਲੱਗੇ। ਤੁਹਾਡੀ ਗੱਲ ਵਿਚਾਲਿਆ, ਇਹ ਕਿਹਦਾ ਬੱਚਾ? ਇਹ ਕਬੂਤਰ ਸਾਡਾ ਲਾਲ ਚੀਨਾ ਜੀ, ਇੱਥੇ ਬੈਠਾ। ਇਹ ਕਿਹੜਾ ਖੂਨ? ਖੂਨ ਮਗਰੋਂ ਧੰਨੇ ਕਹਿਣਾ ਤਾਂ, ਧੰਨੇ ਕਹਿਣਾ। ਅੱਛਾ, ਤੇ ਇਹਦਾ ਇਹ ਅਸੀਂ ਛੱਡਤਾ ਉੱਥੇ ਹੰਬੂਵਾਲ ਵੇਟ ਜੀ, ਤੇ ਉਹਦੇ ਚਾਰ ਕਬੂਤਰ ਦੁਸਰ ਛੱਡਣ ਲੱਗੇ। ਮੈਂ ਕਿਹਾ ਯਾਰ ਹੁਣ ਬਣ ਲਓ ਵੀ ਚਾਰ ਤਾਂ ਕਬੂਤਰ। ਇੱਕ ਮੁੰਡਾ ਕਹਿੰਦਾ ਨਹੀਂ ਯਾਰ ਬਈ, ਅਸੀਂ ਤਾਂ ਵੱਧ ਜਾਣਦੇ ਹਾਂ ਦੁਸਰ, ਇਹ ਤਾਂ ਬਾਜੀ ਛੱਡਣੀ ਆ। ਕਿਹੜੇ ਕਿਹੜੇ ਚਾਰ ਰਹਿ ਗਏ ਸੀ? ਦੋ ਤਾਂ ਆਪਣੇ ਹੀ ਸੀਗੇ। ਕਿਹਦਾ? ਇੱਥੋਂ ਸੀ ਇੱਕ ਬੂਟੇ ਕੇ ਘਰੋਂ, ਬੂਟੇ ਦਾ, ਦੋ ਹੋਰ, ਦੋ ਇੱਕ ਰਾਜੂ ਦਾ ਉੱਧਰ ਕੋਈ ਰਾਜੂ, ਇੱਕ ਪਟਿਆਲੇ ਤੋਂ ਆਏ ਸਕੂਟਰ ਤੇ ਜਵਾਕ ਉਹਨਾਂ ਦਾ। ਅੱਛਾ, ਤੇ ਹੁਣ ਸਾਨੂੰ ਤਾਂ ਪਤਾ ਹੀ, ਇਹ ਇਹਨੂੰ ਉਹ ਕਹਿੰਦਾ ਅਸੀਂ ਤਾਂ ਬਾਲੀਆਂ ਬਾਜੀਆਂ ਜਿੱਤੀਆਂ ਯਾਰ। ਸਕੂਟਰ ਵਾਲੇ ਕਹਿੰਦੇ ਨਹੀਂ, ਉਹ ਮੁੰਡਾ ਗੜੀ ਦਾ ਕੋਈ। ਚਲੋ, ਮੈਂ ਕਿਹਾ ਚੱਲ ਯਾਰ ਠੀਕ ਆ ਫਿਰ ਛੱਡ ਲਓ। ਜਦੋਂ ਅਸੀਂ ਛੱਡਣ ਲੱਗੇ, ਆਹੀ ਕਬੂਤਰ? ਇਹੀ ਕਬੂਤਰ। ਅੱਛਾ ਜੀ, ਜਦੋਂ ਅਸੀਂ ਛੱਡਣ ਲੱਗੇ ਅਸੀਂ ਛੱਡਤੇ ਕਬੂਤਰ, ਉਹਨੇ ਪੂਰਾ ਪਾਣੀ ਵੱਧ ਦੇਦਾ, ਪੋਟਾ ਲਾਮਕਦਾ ਸੀ ਕਬੂਤਰ, ਨਾਲ ਦੇ ਪਿੰਡ ਨੂੰ ਹੋ ਗਿਆ ਸਿੱਧਾ ਹੀ। ਹਾਂ, ਤੇ ਮੈਂ ਥੱਲੇ ਆ ਕੇ ਚਾਹ ਪੀਣ ਲੱਗੇ। ਮੈਂ ਕਿਹਾ ਨੀ ਕੋਈ ਵੀ ਕਬੂਤਰ ਆਇਆ ਨੀ ਮੁੜ ਕੇ ਜਾ। ਮੈਂ ਆ ਕੇ ਚਾਹ ਪੀਤੀ, ਅੱਧੇ ਘੰਟੇ ਬਾਅਦ ਉਹ ਕਹਿੰਦੇ ਵੀ ਤਿੰਨੇ ਹੀ ਫਿਰਦੇ ਆ, ਦਿਖਾਓ। ਉੱਥੇ ਟਾਈਮ ਲੱਗ ਗਿਆ ਜੀ, ਕਬੂਤਰ ਕੱਟਿਆ ਗਿਆ। ਤੇ ਮੁੜ ਕੇ ਉਹ ਜਵਾਕ ਕਹਿੰਦੇ ਸਾਡੇ ਨਾਲ ਬਾਜੀ ਵੰਡੋ ਜੀ, ਕਦੇ ਕਿਸੇ ਤੋਂ ਫੋਨ ਲਵਾਉਣ ਕਿਸੇ ਤੋਂ। ਹੁਣ ਸਾਨੂੰ ਤਾਂ ਪਤਾ ਸੀ ਵੀ ਸਾਡਾ ਹੱਥ ਨਹੀਂ ਬੈਠਣੇ ਜਵਾਕਾਂ ਨੂੰ, ਨਾਲੇ ਮੈਂ ਟਰੋਫੀ ਦਿੱਤੀ ਤੇ ਨਾਲੇ ਹਿੱਸਾ ਦਿੱਤਾ। ਉਹ ਟਾਵਰ ਤੇ ਬਹਿ ਗਿਆ ਸੀ ਬਾਈ, ਉਦੋਂ ਬਾਅਦ ਮੈਂ ਦੇਖਦਾ ਹੀ ਖੜਾ। ਅੱਛਾ, ਟਾਵਰ ਤੇ ਬੱਚਾ ਉਹਨਾਂ ਦਾ ਬਹਿ ਗਿਆ ਜੀ, ਉਹ ਬੱਚਿਆਂ ਦਾ। ਅੱਛਾ, ਨਾਲੇ ਹਿੱਸਾ ਦਿੱਤਾ ਨਾਲੇ ਟਰੋਫੀ ਦਿੱਤੀ। ਮੈਂ ਕਿਹਾ ਪਟਿਆਲੇ ਤੱਕ ਗੁਣ ਗਾਉਂਦੇ ਜਾਣ। ਚਲੋ, ਤਾੜੀ ਚਾਹੀਦੀ ਆ ਵੀ ਇਹ ਗੱਲ ਤੇ ਵੀ।
ਅੱਛਾ ਫੇਰ ਇਹ ਕਬੂਤਰ ਫੇਰ ਇਹ ਛੱਡਿਆ ਮੈਂ 19 ਤਰੀਕ ਨੂੰ ਲੋਪੋ ਜੀ। ਇਹ ਪਹਿਲਾਂ ਪਹਿਲੀ ਵਾਰੀ ਕਿੰਨੀ ਤਰੀਕ ਦੀ ਸੀ? ਨਹੀਂ 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 ਪਹਿਲਾਂ ਛੱਡਿਆ ਸੀ, ਨਹੀਂ 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 ਪਹਿਲਾਂ ਛੱਡਿਆ ਲੋਪੋ, 19 ਤਰੀਕ ਦੀ ਬਾਜੀ ਸੀ ਲੋਪੋ, 20 ਤਰੀਕ ਨੂੰ ਦੁੱਸਰ ਜਿੱਤੀ ਇਹਨੇ, ਹਾਂਜੀ ਤੇ 21 ਤਰੀਕ ਨੂੰ ਮੈਨੂੰ ਕਹਿੰਦੇ ਇਹਦੇ ਕੋਲੇ ਸੀ ਅਸੀਂ ਬੰਦਰ ਕੋਲੇ, ਕਹਿੰਦੇ ਬਈ ਲੂਣੇ ਮਾਨੇ ਬਾਜੀ, ਮੈਂ ਕਿਹਾ ਆਪਾਂ ਆਈ ਗੱਡੀ ਇੱਧਰ ਨੂੰ ਕਰ ਦਿੰਦੇ, 19 20 ਜਿੱਤ ਲਈ, 21 ਫੇਰ 21 ਨੂੰ ਜਾ ਕੇ ਲੂਣੇ ਮਾਨੇ ਛੱਡਤਾ ਜੀ, ਸ਼ਾਹਪੁਰ ਵੀ ਜਿੱਤਿਆ। ਸੁਣ ਸੁਣ 21 ਨੂੰ ਜੇ ਖੜੇ ਹੋਣ ਲੱਗ ਗਏ ਮੇਰੇ ਵੀ, ਤੁਹਾਨੂੰ ਮੈਂ ਦੱਸਦਾ ਜੀ ਆ ਗੱਲਾਂ ਸੁਣ ਕੇ, 21 ਨੂੰ ਉੱਥੇ ਛੱਡਿਆ ਜਾ ਕੇ ਲੂਣੇ ਮਾਨੇ, ਤੇ 22 ਨੂੰ ਉੱਥੇ ਦੁਸਰ ਜਿੱਤਿਆ, 23 ਨੂੰ ਤਿਸਰ ਜਿੱਤਿਆ। ਮੈਂ ਥੱਲੇ ਬਹਿ ਜਾਵਾਂ? ਨਹੀਂ ਜਮਾ ਆਹ ਪ੍ਰੋਗਰਾਮ, ਹਾਂ ਇਹ ਬਾਜੀ ਤੋਂ ਬਾਜੀ ਉੱਡਿਆ, ਬਹੁਤ ਵੱਡੀ ਤਾੜੀ ਚਾਹੀਦੀ ਇਹ ਗੱਲ। ਤੇ ਪੰਜਵੇਂ ਦਿਨ ਫਿਰ ਮੈਂ ਆਪ ਉੱਠ ਕੇ ਗਿਆ ਬੂਟੇ ਖਤਮ ਹੋ ਵਾਲਿਆਂ ਦਾ ਕਬੂਤਰ, ਕਹਿਤਾ ਸੀਗਾ ਵੀ ਘਰ ਨੂੰ ਚਲੇ ਜਾ ਛੱਡ ਦੋ ਸਾਨੂੰ, ਸਾਨੂੰ ਵੀ ਜਿੱਤ ਲੈਣ ਦੇ। ਬੂਟੇ ਦਾ ਧਮੋਟ ਵਾਲੇ ਦਾ ਕਬੂਤਰ ਪੂਰਾ ਕਨਰਮ ਹੋ ਗਿਆ, ਮੈਂ ਆਪ ਗਿਆ ਉੱਠ ਕੇ, ਮੈਂ ਕਿਹਾ ਬੂਟੇ ਉਹਨਾਂ ਦੀ ਆਪਸ ਵਿੱਚ ਮਾੜੀ ਬੂਟੀ ਬਣਦੀ ਨਹੀਂ ਸੀ ਬੀਵੇ ਨਾਲ, ਮੈਂ ਯਾਰ ਕਬੂਤਰ ਲਾ ਲਓ, ਉਹ ਕਹਿੰਦੇ ਠੀਕ ਆ ਬਾਈ ਇਹ ਕਬੂਤਰ ਪਾ ਲਏ ਪੰਜ, ਸੋਨੀ ਸਰਪੰਚ ਚਚਰਾੜੀ ਦਾ ਜਿਹੜਾ ਲਗਾਤਾਰ 5 ਦਿਨ ਉੱਡਿਆ, 5 ਪਿੰਡਾਂ ਚ ਉੱਡਿਆ, ਦੁੱਸਰ ਬਾਜ਼ੀਆਂ ਜਿੱਤੀਆਂ, ਸਿੰਗਲ ਬਾਜ਼ੀ ਜਿੱਤੀ, ਫਿਰ ਲੋਕਾਂ ਨੇ ਕਿਹਾ ਵੀ ਹੁਣ ਬਸ ਕਰੋ, ਇਹ ਕਬੂਤਰ ਨੇ ਜਿੰਨਾ ਨਾਂ ਕਮਾਇਆ ਸਰਪੰਚ ਸਾਹਿਬ, ਹਾਂਜੀ ਵੀ ਪੰਜਾਬ 'ਚ, ਮੈਂ ਤਾਂ ਫਿਰ ਇਹ ਗੱਲ ਕਿਸੇ ਤੋਂ ਸੱਚੇ ਪਾਤਸ਼ਾਹ ਨੇ ਕੀਤੀ ਕਿਰਪਾ ਜੀ, ਚਲੋ ਇਹ ਪਰਮਾਤਮਾ ਦੀ ਕਿਰਪਾ ਜੀ ਇਹਦੀ ਲੰਬੀ ਉਮਰ ਕਰੇ, ਹਾਂਜੀ ਫਿਰ ਉਦੋਂ ਬਾਅਦ ਇਹ ਬਾਜ਼ੀਆਂ ਫਿਰ ਅਗਲੇ ਸਾਲ ਨਹੀਂ ਫਿਰ ਨਹੀਂ ਛੱਡਿਆ ਜੀ, ਹੁਣ ਇਹਦੇ ਬੱਚੇ ਡਾਉਣੇ, ਅੱਖ ਤਾਂ ਬਹੁਤ ਲੋਕਾਂ ਦੀ ਹੋਊ, ਅੱਖ ਤਾਂ ਹੁੰਦੀ ਹੋਈ ਹੈ ਜੀ ਲੋਕਾਂ ਦੀ ਵੀ, ਚੱਕ ਲਈਏ ਸੀ ਉਹ ਜਿਵੇਂ ਬੈਂਕ 'ਚ ਲੋਕਰ ਲੱਗੇ ਹੁੰਦੇ ਆ ਤੇ ਇੱਥੇ ਤਾਂ ਤੁਸੀਂ ਰੱਖਦੇ ਨਹੀਂ ਹੋ, ਕੋਈ ਬੰਦਾ ਕਹਿੰਦਾ ਉਹ ਵੀ ਕਤਲ ਹੋ ਜਵੇ ਉਹ ਕਬੂਤਰ ਲੈ ਆਈਏ, ਇੰਨਾ ਸਿਆਣਾ ਜੀ ਮੈਂ ਖਾਲੀ ਛਤਰੀ ਚੱਕ ਕੇ ਐਂ ਹੋ ਜਾਂਦਾ ਸੀ ਬਾਜੀ ਤੇ, ਅੱਛਾ ਆ ਕੇ ਮੇਰੇ ਕੋਲ ਬਹਿ ਜਾਣਾ ਹੱਥ ਤੇ, ਇੰਨੀ ਪਹਿਚਾਣ ਸੀ ਬਾਜੀ ਤੇ ਐਂ ਚੱਕ ਲਾ, ਕਬੂਤਰ ਇੰਨੇ ਸਿਆਣੇ ਹੋ ਜਾਂਦੇ ਆ ਜੀ, ਨਹੀਂ ਬਹੁਤ ਵੱਡੀ ਗੱਲ ਆ ਜੀ ਇਹ, ਫਿਰ ਜਿਹੜੀਆਂ ਆਪਾਂ ਗੱਲਾਂ ਕਹੀਆਂ ਸੀ ਲੋਕਾਂ ਦੀਆਂ ਸੁਣੀਆਂ ਵੀ ਪੰਜਾਬ 'ਚ ਲਗਭਗ 13,000 ਪਿੰਡ ਆ ਤੇ ਲੱਖਾਂ ਹੋਣ ਦੇ ਸਮੇਂ 'ਚ ਖਿਡਾਰੀ ਆ, ਤੇ ਪਹਿਲੇ 10 ਖਿਡਾਰੀਆਂ 'ਚ 9 ਸ਼ੁਮਾਰ ਕਰਦਾ ਜਿਹਦੇ ਨਾਲ ਆਪਾਂ ਅੱਜ ਸਰਪੰਚ ਸਾਹਿਬ ਨਾਲ ਸੋਨੀ ਜੀ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਇਹ ਕਬੂਤਰ ਨੇ ਬਹੁਤ ਵੱਡਾ ਨੌਕ ਬੜਾ ਨੌਕ ਮਾਇਆ ਜੀ, ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹਦੇ ਬੱਚੇ ਚੰਗੇ ਉੱਡ ਰਹੇ ਆ, ਤੇ ਹੁਣ ਲੋਕ ਕਹਿੰਦੇ ਹੁਣ ਵੀ ਉਹ ਕਬੂਤਰ ਦੇ ਬੱਚੇ ਦੋ, ਇਹਨੂੰ ਯਾਦ ਤਾਂ ਫਿਰ ਕਰਦਾ ਹੀ ਆ ਜੀ, ਕੀ ਨਾਂ ਰੱਖਿਆ ਇਹਦਾ? ਇਹਦਾ ਨਾਂ ਬੁਗਲਾ ਰੱਖਿਆ ਜੀ, ਬੁਗਲਾ ਤਾਂ ਰੱਖਤਾ ਸੀ, ਇਹ ਨਾ ਥਾਪੇ ਬਾਲੇ ਮਾਰਦਾ ਸੀ, ਇਹਨੇ ਜਦੋਂ ਥਾਪਾ ਮਾਰਨਾ ਜਾ ਕੇ ਤਾਂ ਜਿਹੜਾ ਬੁਗਲਾ ਵੀ ਪੈਂਟ ਲਿਆ ਆ, ਕਬੱਡੀ ਨੀ ਖੇਡਦਾ ਬੁਗਲਾ, 40 ਸਾਲੇ ਮੈਚਾਂ ਵਾਲਾ, ਫਿਰ ਇਹ ਤਾਂ ਜਵਾਨ ਸੀਗਾ ਤੁਸੀਂ 40 ਸਾਲੇ ਵਾਲਾ, ਉਹ ਅਸੀਂ ਬੁਗਲਾ ਨਹੀਂ ਕਦੇ ਨਾਰਾਜ਼ ਹੋਇਆ ਮੈਨੂੰ ਕੀ ਕਹਿਣ ਲੱਗ ਗਿਆ ਮੈਂ ਮਾਰਦਾ, ਨਾ ਹੀ ਬੁਗਲਾ ਰੱਖਦਾ ਜੀ, ਬੁਗਲਾ ਰੱਖਦਾ ਠੀਕ ਆ, ਜਾਣੀ ਇਹ ਬਹੁਤ ਵੱਡਾ, ਹਾਂ ਬਹੁਤ ਵੱਡਾ ਜੀ ਇਹਨੇ ਵਿਚਾਰੇ ਨੇ ਨਾ ਕੀਤਾ, ਨਹੀਂ ਇਹ ਤਾਂ ਸਰਪੰਚ ਸਾਹਿਬ ਲਗਾਤਾਰ ਹੀ, ਇਹ ਤਾਂ ਏਦੋਂ ਵੱਡੀ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ, ਹਾਂਜੀ ਮੈਂ ਤਾਂ ਨਹੀਂ ਕਿਸੇ ਤੋਂ ਸੁਣੀ, ਬਾਕੀ ਕਿਸੇ ਨੇ ਜੋ ਸੁਣੀ ਹੋਊ ਤਾਂ ਲੋਕ ਮੈਨੂੰ ਦੱਸ ਦੇਣਗੇ ਫੋਨ ਕਰਕੇ, ਪਹਿਲਾਂ ਹੁਣ ਕਹਿੰਦਾ ਵੀ ਅਸੀਂ ਖਿਡਾਰੀ ਜੀ, ਇੱਕ ਸਾਲ